ਕੀ ਹਾਲ ਨੇ ਸਾਰੇ ਵੀਰਾਂ ਦੇ ਬਈ? ਆਪਾਂ ਅੱਜ ਖੇਡਦੇ ਹਾਂ ਨਵੀਂ ਗੇਮ ਅਤੇ ਆਪਣਾ ਟਰੈਕਟਰ ਬਲਾਸਟ ਹੋ ਗਿਆ ਸੀ। ਦੇਖੋ ਬਈ ਆਪਾਂ ਪੈਸੇ ਪੂਏ ਲਾ ਕੇ ਫਿਰ ਨਵਾਂ ਬਣਾਇਆ ਉਹਨੂੰ, ਅਤੇ ਆਪਾਂ ਪਹਿਲੇ ਤਾਂ ਆਏ ਹਾਂ ਵੈਸੇ, ਅਤੇ ਆਪਾਂ ਨਵੀਂ ਗੇਮ ਦਏ ਫਿਰ ਅਗਲਾ ਮੈਚ ਹੈ। ਅਤੇ ਚਲੋ ਕਰਦੇ ਹਾਂ ਪੋਲਾ ਕਰੇਨ ਨੂੰ, ਬਈ ਕਰਤੀ ਫੁੱਲ ਸਪੀਡ। ਅਤੇ ਬਈ ਆਪਾਂ ਟਰੈਕਟਰ ਗਰਮ ਨਹੀਂ ਹੋਣ ਦੇਣਾ ਬਈ ਟੈਂਪਰੇਚਰ, ਅਤੇ ਮੁੜ ਕੇ ਆਪਣਾ ਟਰੈਕਟਰ ਬਲਾਸਟ ਹੋ ਜਾਂਦਾ। ਚਲੋ ਬਾਈ ਇੰਨਾ 255 ਫਿੱਟ ਖਿੱਚਿਆ ਨੇ। ਚਲੋ ਬਾਈ ਅਗਲਾ ਮੈਚ ਲਾਉਂਦੇ ਹਾਂ ਹੁਣ, ਫਿਰ 3 ਮੈਚ ਆਉਣਗੇ, ਲਾਸਟ ਆਪਣੀ ਫੱਟੀ ਹੋਊਗੀ, ਟੋਚਨ ਪਾਵਾਂਗੇ ਆਪਾਂ। ਇਸ ਤੋਂ ਬਾਅਦ ਆਪਾਂ ਟੋਚਨ ਪਾਵਾਂਗੇ ਬਾਈ ਟਰੈਕਟਰ ਨਾਲ, ਕਿਸੇ ਨਾਲ, ਪਤਾ ਨਹੀਂ ਕਿਹੜਾ ਹੋਊਗਾ ਉਹ। ਚਲੋ ਬਾਈ ਦੇਖਦੇ ਹਾਂ ਕਿ, ਚਲੋ ਇੱਥੇ ਦੇਖਦੇ ਕਿੰਨਾ ਖਿੱਚਦਾ ਆਪਣਾ ਮਿੰਦਰਾ ਬਾਈ। 166 ਫਿੱਟ ਖਿੱਚਿਆ ਕਿ 190 ਦਾ ਖਿੱਚਣਾ ਜਿਸ ਤਰ੍ਹਾਂ, ਫਿਰ ਆਪਾਂ ਪਹਿਲੇ 'ਤੇ ਆ ਸਕਦੇ ਹਾਂ। ਚਲੋ ਦੇਖਦੇ ਹਾਂ ਕਿੰਨੇ 'ਤੇ ਆਏ ਯਾਰ, ਕਿ ਆਪਾਂ ਕਿਵੇਂ ਪੁਜੀਸ਼ਨ 'ਤੇ ਆਏ ਹਾਂ। ਸੈਕਿੰਡ ਪੁਜੀਸ਼ਨ 'ਤੇ ਆਏ ਹਾਂ ਬਾਈ ਆਪਾਂ। ਚਲੋ ਬਾਈ ਆਪਾਂ ਨੂੰ ਫੱਟੀ ਪਾਉਂਦੇ ਹਾਂ, ਟੋਚਨ ਪਾਉਂਦੇ ਟਰੈਕਟਰ ਮਹਿੰਦਰੇ ਦਾ। ਦੇਖਦੇ ਹਾਂ ਕਿਹੜਾ ਟਰੈਕਟਰ ਬਾਈ, ਪਤਾ ਨਹੀਂ ਕਿਹੜਾ ਟਰੈਕਟਰ, ਜਾਂ ਹੀ ਆ ਰਿਹਾ ਕੋਈ ਬਾਹਰਲੇ ਦੱਸਿਆ। ਦੇਖੋ ਬਾਈ ਟਰੈਕਟਰ ਬੜਕਾ ਤਾ ਮਹਿੰਦਰਾ ਆਪਣਾ ਬਾਈ, ਖਿੱਚ ਕੇ ਤਾਂ ਆਪਾਂ ਹੀ ਖੜਾਂਗੇ ਇਹਨੂੰ। ਕਲੋਜ ਇੱਕ ਮਿੰਟ। ਚਲੋ ਬਾਈ ਇਹਨੇ ਹੱਸ ਜਾਣਾ ਉਹਨੇ ਬਾਈ, ਟਰੈਕਟਰ ਦਾ ਬਲਾਸਟ ਹੋਣ ਵਾਲਾ, ਉਹਨਾਂ ਨੇ ਛੱਡਤੀ ਰੇਸ ਰੂਸ, ਹੁਣ ਆਪਾਂ ਖਿੱਚਦੇ ਹਾਂ ਬਾਈ। ਤੁਸੀਂ ਦੇਖਿਆ ਆਪਣਾ ਟਰੈਕਟਰ ਵੀ ਬਲਾਸਟ ਹੋ ਚੱਲਿਆ ਸੀ, ਪਰ ਆਪਾਂ ਜਿੱਤ ਗਏ, ਟਰੋਫੀ ਮਿਲ ਗਈ ਆਪਾਂ ਬਾਈ। ਹੁਣ ਤੁਸੀਂ ਵੀ ਸਬਸਕ੍ਰਾਈਬ ਅਤੇ ਲਾਈਕ ਕਰੋ ਪਲੀਜ਼।